ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਝੋਨੇ ਦੀਆਂ ਟੇਰੀਆਂ ਦੇ ਨੇੜੇ ਚੱਲ ਰਹੇ ਹਨ ਹੜੰਬੇ। ਆੜ੍ਹਤੀ ਅਤੇ ਕਿਸਾਨ ਹੋਏ ਪਰੇਸ਼ਾਨ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਝੋਨੇ ਦੀਆਂ ਤਿਆਰ ਕੀਤੀਆਂ ਗਈਆਂ ਟੇਰੀਆਂ ਦੇ ਨੇੜੇ ਹੜੰਬੇ ਚੱਲ ਰਹੇ ਹਨ, ਜਿਸ ਦੇ ਚੱਲਦੇ ਆੜ੍ਹਤੀ ਅਤੇ ਕਿਸਾਨਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆੜ੍ਹਤੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਦੋ ਵਾਰ ਪੱਖੇ ਲਗਾ ਕੇ ਟੇਰੀ ਨੂੰ ਤਿਆਰ ਕੀਤਾ ਜਾਂਦਾ ਹੈ, ਲੇਕਿਨ ਟੇਰੀਆਂ ਦੇ ਨੇੜੇ ਹੜੰਬੇ ਚੱਲਦੇ ਹਨ, ਜਿਸ ਦੇ ਚੱਲਦੇ ਸਾਰੀ ਮਿੱਟੀ ਅਤੇ ਫੱਕ ਆ ਕੇ ਉਹਨਾਂ ਦੀਆਂ ਟੇਰੀਆਂ 'ਤੇ ਡਿੱਗ ਪੈਂਦੀ ਹੈ। ਜਦ ਖਰੀਦਦਾਰ ਇਸ ਨੂੰ ਖਰੀਦਣ ਆਉਂਦਾ ਤਾਂ ਉਸਦੇ ਵੱਲੋਂ ਦੁਬਾਰਾ ਪੱਖਾ ਲਗਾਉਣ ਦੀ ਗੱਲ ਕਹੀ ਜਾਂਦੀ ਹੈ, ਜਿਸ ਦੇ ਚੱਲਦਿਆਂ ਉਹਨਾਂ ਨੂੰ ਡਬਲ ਮਜ਼ਦੂਰੀ ਪੈ ਰਹੀ ਹੈ। ਉਹਨਾਂ ਨੇ ਮੰਡੀ ਦੇ ਵਿੱਚ ਚੱਲਣ ਵਾਲੇ ਹੜੰਬਿਆਂ ਨੂੰ ਬੰਦ ਕਰਵਾਉਣ ਦੀ ਮੰਗ ਮਾਰਕੀਟ ਕਮੇਟੀ ਦੇ ਸੈਕਟਰੀ ਤੋਂ ਕੀਤੀ ਹੈ। ਹਾਂਜੀ ਸਰ, ਕੀ ਨਾਂ ਤੁਹਾਡਾ? ਮੇਰਾ ਨਾਮ ਅਸਰਾਜ ਕੰਬੋਜ। ਕੀ ਗੱਲ ਹੈ ਜੀ? ਗੱਲ ਇਹ ਵੀ ਆ, ਅਸੀਂ ਢੇਰੀ ਚਾਰਨੇ ਆ, ਦੋ ਦੋ ਵਾਰੀ ਪੱਖੇ ਲੱਗ ਜਾਂਦੇ ਨੇ। ਹਾਂਜੀ, ਖਰੀਦਣ ਵਾਲਾ ਆਉਂਦਾ ਕਹਿੰਦਾ ਵੀ ਦੁਬਾਰਾ ਪੱਖਾ ਲਾਓ, ਅਸੀਂ ਮਜ਼ਦੂਰੀ ਕਿੱਥੋਂ ਦੇਵਾਂਗੇ, ਨਾਲ ਹੜੰਬੇ ਚੱਲੀ ਜਾਂਦੇ ਨੇ। ਵੇਖੋ ਸਾਰਾ ਗੰਦ ਉੱਤੇ ਆਉਂਦਾ, ਜ਼ਿਮੀਂਦਾਰ ਬਿਮਾਰ ਹੋ ਜਾਂਦੇ, ਜ਼ਿਮੀਂਦਾਰ ਇੱਥੇ ਦੇ ਜਿਹੜੇ ਬਿਮਾਰ ਹੋ ਕੇ ਚਲੀ ਜਾਂਦੇ ਨੇ, ਦਸ ਦਸ ਦਿਨ ਹੋ ਗਏ ਇੱਥੇ ਬੈਠੇ ਰਹਿੰਦੇ ਨੇ। ਜ਼ਿਮੀਂਦਾਰ ਕੀ ਕਰਨ, ਜਗ੍ਹਾ ਹੈ ਨਹੀਂ ਲਾਉਣ ਵਾਸਤੇ। ਅੱਛਾ ਜੀ, ਤੁਸੀਂ ਸੈਕਟਰੀ ਸਾਹਿਬ ਨੂੰ ਕਿਹਾ ਜੀ ਫਿਰ ਇਸ ਬਾਰੇ? ਸੈਕਟਰੀ ਸਾਹਿਬ ਨੂੰ ਅਸੀਂ ਦੋ ਤਿੰਨ ਵਾਰੀ ਗਏ ਹਾਂ, ਉਹਨਾਂ ਨੂੰ ਕਿਹਾ ਹੈ। ਅੱਛਾ ਜੀ, ਅਤੇ ਉਹ ਪੱਖਿਆ ਬਾਹਰ ਕਢਾਉਂਦੇ ਨਹੀਂ, ਹੜੰਬੇ ਇੱਥੇ ਚੱਲੀ ਜਾਂਦੇ ਨੇ। ਹੁਣ ਮੰਗ ਕੀ ਹੈ ਸਰ ਤੁਹਾਡੀ ਸਰਕਾਰ? ਸਾਡੀ ਮੰਗ ਹੈ ਹੜੰਬੇ ਬਾਹਰ ਕਢਾਏ ਜਾਣ ਮੰਡੀ ਤੋਂ, ਸਾਨੂੰ ਪੂਰਾ ਭਾਅ ਮਿਲੇ। ਠੀਕ ਹੈ ਜੀ। ਹਾਂਜੀ, ਕੀ ਨਾਮ ਆਪਣਾ? ਸ਼ੋਕ ਕੁਮਾਰ ਜੀ। ਸ਼ੋਕ ਜੀ, ਕੀ ਪ੍ਰੋਬਲਮ ਆ ਰਹੀ ਹੈ ਡੰਬਿਆਂ ਨੂੰ ਲੈ ਕੇ? ਸਰ ਬਹੁਤ ਪ੍ਰੋਬਲਮ ਆ ਰਹੀ ਹੈ ਸਰ। ਕਿਸ ਤਰ੍ਹਾਂ ਦੀ ਸਮੱਸਿਆ? ਧੂੜ ਮਿੱਟੀ, ਟੇਰੀਆਂ ਨੂੰ ਪੱਖਾ ਲਗਾਉਂਦੇ ਹਾਂ, ਥੋੜ੍ਹੀ ਦੇਰ ਬਾਅਦ ਫਿਰ ਵਪਾਰੀ ਆਉਂਦਾ ਤਾਂ ਇਹਨੂੰ ਕਹਿੰਦੇ ਡਬਲ ਪੱਖਾ ਲਾਓ ਜੀ। ਠੀਕ ਹੈ। ਕਿੰਨੇ ਕੁ ਦਿਨਾਂ ਤੋਂ ਇਹ ਸਮੱਸਿਆ ਆ ਰਹੀ ਹੈ? ਸਰ ਮਹੀਨਾ ਹੋ ਚੱਲਿਆ ਜੀ। ਅਤੇ ਕਿਹਾ ਨਹੀਂ ਤੁਸੀਂ ਕਮੇਟੀ ਵਾਲਿਆਂ ਨੂੰ? ਕਿਹਾ ਜੀ। ਫਿਰ ਕੀ ਕਹਿੰਦੇ ਹੋ? ਕਹਿੰਦੇ ਕਰਾ ਦਿਆਂਗੇ ਸਰ। ਉਹਦੇ ਕੋਈ ਹੱਲ ਨਹੀਂ ਹੋਇਆ। ਹੁਣ ਮੰਗ ਕੀ ਹੈ ਸਰਕਾਰ ਤੋਂ? ਬਸ ਜੀ, ਇਹਨਾਂ ਨੂੰ ਬੰਦ ਕਰਾਇਆ ਜਾਵੇ, ਬਾਹਰ ਕਢਾਇਆ ਜਾਵੇ।